ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਨੂੰ ਮੈਂ ਬਣਾਉਣਾ ਦੱਸੂੰਗੀ ਇਹ ਵਾਲਾ ਡਿਜ਼ਾਇਨ ਇਹ ਡਿਜ਼ਾਇਨ ਦੀ ਸਿੱਧੀ ਸਾਈਡ ਆ ਇਹ ਵਾਲੀ ਉਲਟੀ ਸਾਈਡ ਆ ਇਸ ਡਿਜ਼ਾਇਨ ਨੂੰ ਬਣਾਉਣ ਦੇ ਲਈ ਸਿਲਾਈ ਉੱਪਰ 6-6 ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਚਾਹੀਦੇ ਨੇ ਤੇ 4 ਕੁੰਡੇ ਬਾਅਦ ਬਾਰਡਰ ਬਣਾਉਣ ਤੋਂ ਬਾਅਦ ਜਿਸ ਤਰ੍ਹਾਂ ਪਹਿਲੀ ਸਿਲਾਈ ਉਰੋ ਬਣਾਈ ਉਹੀ ਪਹਿਲੀ ਸਿਲਾਈ ਮੈਂ ਤੁਹਾਨੂੰ ਇੱਥੋਂ ਬਣਾਉਣੀ ਦੱਸੂੰਗੀ ਚਲੋ ਜੀ ਸ਼ੁਰੂ ਕਰਦੇ ਹਾਂ ਡਿਜ਼ਾਇਨ ਬਣਾਉਣਾ ਪਹਿਲੀ ਸਿਲਾਈ ਸਿੱਧੀ ਸਾਈਡ ਪਹਿਲਾ ਕੁੰਡਾ ਬੁਣੋ ਚਾਹੇ ਬਿਨਾਂ ਬੁਣਿਆ ਉਤਾਰੋ ਤੁਹਾਡੀ ਆਪਣੀ ਮਰਜ਼ੀ ਹੈ ਮੈਂ ਇਸਨੂੰ ਬਿਨ ਬੁਣਿਆ ਉਤਾਰੂੰਗੀ 2 ਕੁੰਡੇ ਸਿੱਧੇ ਇੱਥੋਂ ਡਿਜ਼ਾਇਨ ਸ਼ੁਰੂ ਹੁੰਦਾ ਹੈ 1-2 ਧਾਗਾ ਆਪਣੀ ਸਾਈਡ 40 ਬਣਾਉਣ ਲਈ ਬੈਕ ਸਾਈਡ ਤੋਂ 2 ਕੁੰਡਿਆਂ ਵਿੱਚ ਸਿਲਾਈ ਪਾ ਕੇ 2 ਕੁੰਡਿਆਂ ਦਾ 1 ਕੁੰਡਾ ਕਰਾਂਗੇ ਅੱਗੇ ਦੀ ਸਿਲਾਈ ਪਾ ਕੇ 2 ਕੁੰਡਿਆਂ ਦਾ 1 ਕੁੰਡਾ ਕਰਾਂਗੇ ਧਾਗਾ ਆਪਣੀ ਸਾਈਡ 40 ਬਣਾਉਣ ਲਈ 2-4-6 ਇਹ 6 ਕੁੰਡਿਆਂ ਨੂੰ ਵਾਰ ਵਾਰ ਰਿਪੀਟ ਕਰਾਂਗੇ 2 ਕੁੰਡੇ ਸਿੱਧੇ ਧਾਗਾ ਆਪਣੀ ਸਾਈਡ 40 ਬਣਾਉਣ ਲਈ ਬੈਕ ਸਾਈਡ ਤੋਂ 2 ਕੁੰਡਿਆਂ ਵਿੱਚ ਸਿਲਾਈ ਪਾ ਕੇ 2 ਕੁੰਡਿਆਂ ਦਾ 1 ਕੁੰਡਾ ਕਰਾਂਗੇ ਅੱਗੇ ਦੀ ਸਿਲਾਈ ਪਾ ਕੇ 2 ਕੁੰਡਿਆਂ ਦਾ 1 ਕੁੰਡਾ ਕਰਾਂਗੇ ਧਾਗਾ ਆਪਣੀ ਸਾਈਡ 40 ਬਣਾਉਣ ਲਈ 2 ਕੁੰਡੇ ਸਿੱਧੇ 1-2 ਧਾਗਾ ਆਪਣੀ ਸਾਈਡ 40 ਬਣਾਉਣ ਲਈ ਬੈਕ ਸਾਈਡ ਤੋਂ 2 ਕੁੰਡਿਆਂ ਦਾ 1 ਕੁੰਡਾ ਕਰਾਂਗੇ ਅੱਗੇ ਦੀ ਸਿਲਾਈ ਪਾ ਕੇ 2 ਕੁੰਡਿਆਂ ਦਾ 1 ਕੁੰਡਾ ਕਰਾਂਗੇ ਧਾਗਾ ਆਪਣੀ ਸਾਈਡ 40 ਬਣਾਉਣ ਲਈ 2 ਕੁੰਡੇ ਸਿੱਧੇ 1-2 ਧਾਗਾ ਆਪਣੀ ਸਾਈਡ 40 ਬਣਾਉਣ ਲਈ ਬੈਕ ਸਾਈਡ ਤੋਂ 2 ਕੁੰਡਿਆਂ ਸਿਲਾਈ ਪਾ ਕੇ 2 ਕੁੰਡਿਆਂ ਦਾ 1 ਕੁੰਡਾ ਕਰਾਂਗੇ ਅੱਗੇ ਦੀ ਸਿਲਾਈ ਪਾ ਕੇ 2 ਕੁੰਡਿਆਂ ਦਾ 1 ਕੁੰਡਾ ਕਰਾਂਗੇ ਧਾਗਾ ਆਪਣੀ ਸਾਈਡ 40 ਬਣਾਉਣ ਲਈ ਲਾਸਟ ਦੇ 3 ਕੁੰਡੇ ਸਿੱਧੇ 1-2-3 ਦੂਸਰੀ ਸਿਲਾਈ ਉਲਟੀ ਸਾਈਡ ਪਹਿਲਾ ਕੁੰਡਾ ਬਿਨਾਂ ਬੁਣਿਆ ਉਤਾਰਾਂਗੇ 1-2-3 ਇਹ 40 ਵਾਲੇ ਕੁੰਡੇ ਸਵੇਰ 3 ਕੁੰਡੇ ਉਲਟੇ ਜਿਹੜੇ 2 ਕੁੰਡਿਆਂ ਦਾ 1 ਕੁੰਡਾ 2 ਕੁੰਡਿਆਂ ਦਾ 1 ਕੁੰਡਾ ਕੀਤਾ ਸੀ ਇਹਨੂੰ ਅੱਗੇ ਵਾਲੀ ਸਾਈਡ ਤੋਂ ਦੂਸਰੇ ਕੁੰਡੇ ਵਿੱਚ ਇਸ ਤਰ੍ਹਾਂ ਸਿਲਾਈ ਪਾਵਾਂਗੇ ਇਹਨੂੰ ਅੱਗੇ ਲੈ ਕੇ ਆਵਾਂਗੇ ਅੱਗੇ ਵਾਲੇ ਕੁੰਡੇ ਨੂੰ ਪਿੱਛੇ ਲੈ ਕੇ ਜਾਵਾਂਗੇ ਦੋਹੇ ਕੁੰਡੇ ਉਲਟੇ ਬਣਾਵਾਂਗੇ ਦੋ ਇਹ 40 ਵਾਲੇ ਅਤੇ 2 ਇਹ 4 ਕੁੰਡੇ ਉਲਟੇ 1-2-3-4 ਅਗਲੇ 2 ਕੁੰਡਿਆਂ ਦੀ ਕੇਵਲ ਬਦਲੀ ਕਰਾਂਗੇ ਦੂਸਰਾ ਕੁੰਡਾ ਅੱਗੇ ਲੈ ਕੇ ਆਵਾਂਗੇ ਅੱਗੇ ਵਾਲਾ ਕੁੰਡਾ ਪਿੱਛੇ ਲੈ ਕੇ ਜਾਵਾਂਗੇ ਦੋਹੇ ਕੁੰਡਿਆਂ ਨੂੰ ਉਲਟਾ ਬਣਾਵਾਂਗੇ 4 ਕੁੰਡੇ ਉਲਟੇ 1-2-3-4 ਅੱਗੇ ਦੀ ਸਿਲਾਈ ਪਾ ਕੇ ਪਿੱਛੇ ਵਾਲਾ ਕੁੰਡਾ ਅੱਗੇ ਲੈ ਕੇ ਆਵਾਂਗੇ ਅੱਗੇ ਵਾਲਾ ਕੁੰਡਾ ਪਿੱਛੇ ਲੈ ਕੇ ਜਾਵਾਂਗੇ ਇਹ ਦੋਹਾਂ ਕੁੰਡਿਆਂ ਨੂੰ ਉਲਟਾ ਬਣਾਵਾਂਗੇ 1-2-4 ਕੁੰਡੇ ਉਲਟੇ 1-2-3-4 ਅੱਗੇ ਦੀ ਸਿਲਾਈ ਪਾ ਕੇ ਅੱਗੇ ਵਾਲਾ ਕੁੰਡਾ ਪਿੱਛੇ ਲੈ ਕੇ ਜਾਵਾਂਗੇ ਅਤੇ ਪਿੱਛੇ ਵਾਲਾ ਕੁੰਡਾ ਅੱਗੇ ਲੈ ਕੇ ਆਵਾਂਗੇ ਦੋਹੇ ਕੁੰਡੇ ਉਲਟੇ ਬਣਾਵਾਂਗੇ ਲਾਸਟ ਦੇ 4 ਕੁੰਡੇ ਉਲਟੇ ਦੂਸਰੀ ਸਿਲਾਈ ਡਿਜ਼ਾਇਨ ਦੀ ਕੰਪਲੀਟ ਹੋਈ ਤੀਸਰੀ ਸਿਲਾਈ ਸਿੱਧੀ ਸਾਈਡ ਪਹਿਲਾ ਕੁੰਡਾ ਇਸ ਤਰ੍ਹਾਂ ਹੀ ਉਤਾਰਾਂਗੇ 2 ਕੁੰਡੇ ਸਿੱਧੇ 1-2 ਅੱਗੇ ਦੀ ਸਿਲਾਈ ਪਾ ਕੇ 2 ਕੁੰਡਿਆਂ ਦਾ 1 ਕੁੰਡਾ ਕਰਾਂਗੇ ਧਾਗਾ ਆਪਣੀ ਸਾਈਡ 40 ਬਣਾਉਣ ਲਈ ਪਹਿਲੇ ਕੁੰਡੇ ਨੂੰ ਇਸ ਤਰ੍ਹਾਂ ਉਲਟਾ ਕੇ ਬੈਕ ਸਾਈਡ ਤੋਂ 2 ਕੁੰਡਿਆਂ ਦਾ 1 ਕੁੰਡਾ ਕਰਾਂਗੇ ਇੱਥੇ ਕੁੰਡੇ ਆਪਣੇ ਕੋਲ 2 ਕੱਟੇ ਨੇ ਅਤੇ ਜਾਲੀ 1 ਬਣੀ ਆ 1 ਜਾਲੀ ਤੋਂ ਉਲਟੀ ਸਾਈਡ ਦੇ ਵਿੱਚ ਆਪਾਂ 2 ਕੁੰਡੇ ਬਣਾਵਾਂਗੇ 2 ਕੁੰਡੇ ਸਿੱਧੇ 1-2 ਅੱਗੇ ਦੀ ਸਿਲਾਈ ਪਾ ਕੇ 2 ਕੁੰਡਿਆਂ ਦਾ 1 ਕੁੰਡਾ ਕਰਾਂਗੇ ਧਾਗਾ ਆਪਣੀ ਸਾਈਡ 40 ਬਣਾਉਣ ਲਈ ਪਹਿਲੇ ਕੁੰਡੇ ਨੂੰ ਇਸ ਤਰ੍ਹਾਂ ਉਲਟਾ ਕੇ ਬੈਕ ਸਾਈਡ ਤੋਂ 2 ਕੁੰਡਿਆਂ ਦਾ 1 ਕੁੰਡਾ ਕਰਾਂਗੇ 2 ਕੁੰਡੇ ਸਿੱਧੇ 1-2 ਅੱਗੇ ਦੀ ਸਿਲਾਈ ਪਾ ਕੇ 2 ਕੁੰਡਿਆਂ ਦਾ 1 ਕੁੰਡਾ ਕਰਾਂਗੇ ਧਾਗਾ ਆਪਣੀ ਸਾਈਡ 40 ਬਣਾਉਣ ਲਈ ਪਹਿਲੇ ਕੁੰਡੇ ਨੂੰ ਇਸ ਤਰ੍ਹਾਂ ਉਲਟਾ ਕੇ ਬੈਕ ਸਾਈਡ ਤੋਂ 2 ਕੁੰਡਿਆਂ ਦਾ 1 ਕੁੰਡਾ ਕਰਾਂਗੇ 2 ਕੁੰਡੇ ਸਿੱਧੇ 1-2 ਅੱਗੇ ਦੀ ਸਿਲਾਈ ਪਾ ਕੇ 2 ਕੁੰਡਿਆਂ ਦਾ 1 ਕੁੰਡਾ ਕਰਾਂਗੇ ਧਾਗਾ ਆਪਣੀ ਸਾਈਡ 40 ਬਣਾਉਣ ਲਈ ਪਹਿਲੇ ਕੁੰਡੇ ਨੂੰ ਇਸ ਤਰ੍ਹਾਂ ਉਲਟਾ ਕੇ ਬੈਕ ਸਾਈਡ ਤੋਂ 2 ਕੁੰਡਿਆਂ ਦਾ 1 ਕੁੰਡਾ ਕਰਾਂਗੇ ਲਾਸਟ ਦੇ 3 ਕੁੰਡੇ ਸਿੱਧੇ 1-2-3 ਤੀਸਰੀ ਸਿਲਾਈ ਕੰਪਲੀਟ ਹੋਈ ਚੌਥੀ ਸਿਲਾਈ ਉਲਟੀ ਸਾਈਡ ਪਹਿਲਾ ਕੁੰਡਾ ਇਸ ਤਰ੍ਹਾਂ ਉਤਾਰਾਂਗੇ
तीन कुंडे उल्टे, जिहड़ा जाली वाला कुंडा है तो दो कुंडे बनावांगे। पहला कुंडा उल्टा बनावांगे, धागा दूसरी साइड, तो इस तरह सिलाई पा के एक कुंडा सीधा बनावांगे, धागा अपनी साइड, चार कुंडे उल्टे, एक दो तीन चार। ये जाली वाले कुंडे तो दो कुंडे बनाऊंगे, पहला कुंडा उल्टा, धागा दूसरी साइड, बैक साइड तो इस तरह अगे की सिलाई पा के एक कुंडा सीधा बनावांगे, धागा अपनी साइड, चार कुंडे उल्टे, एक दो तीन चार। जाली वाले कुंडे तो दो कुंडे बनावांगे, पहला कुंडा उल्टा, धागा दूसरी साइड, एक कुंडा सीधा, धागा अपनी साइड, चार कुंडे उल्टे, एक दो तीन चार। जाली वाले कुंडे तो दो कुंडे बनाएंगे, पहला कुंडा उल्टा, धागा दूसरी साइड, एक कुंडा सीधा, धागा अपनी साइड, लास्ट दे चार कुंडे उल्टे, एक दो तीन चार। ये चार सिलाइयां नूं बार बार रिपीट करते जाओ, एक सां दा डिजाइन तैयार करते जाओ। वीडियो नूं लाइक शेयर और चैनल नूं सबसक्राइब जरूर करो जी। थैंक यू।